ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਦਦਰਾਲਾ ਖਰੋੜ ਵਿਖੇ ਘਰ ਵਿੱਚ ਵੱਡੇ ਪੱਧਰ ਤੇ ਸਿੰਥੈਟਿਕ ਦੁੱਧ ਬਣਾਉਣ ਦਾ ਪਰਦਾਫਾਸ਼ ਸਿਹਤ ਵਿਭਾਗ ਪੀਡੀਐਫ ਟੀਮ ਅਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਸਦਕਾ ਹੋਇਆ ਸਾਡੇ ਥਾਣਾ ਭਾਗਸੂ ਦੀ ਟੀਮ ਤੇ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ ਇੱਥੇ ਦੰਦਰਾਲਾ ਖਰੋੜ ਪਿੰਡ ਦੇ ਵਿੱਚ ਹਰਪਾਲ ਸਿੰਘ ਦੀ ਡੇਰੀ ਹੈ ਉੱਥੇ ਰੇਡ ਕੀਤੀ ਗਈ ਹੈ ਤੇ ਉੱਥੇ ਰੇਡ ਕਰਕੇ ਇੱਥੇ ਅੱਜ ਦੰਦਰਾਲਾ ਖਰੋੜ ਹਰਪਾਲ ਸਿੰਘ ਦੀ ਡੇਰੀ 'ਤੇ ਰੇਡ ਕੀਤੀ ਗਈ ਹੈ ਰੇਡ ਕਰਨ ਉਪਰੰਤ ਇੱਥੋਂ ਮਤਲਬ ਜਿਹੜਾ ਨਜਾਇਜ਼ ਸਮਾਨ ਮਿਲਿਆ ਉਹ ਅਸੀਂ ਕਬਜ਼ੇ 'ਚ ਲਿਆ ਅਤੇ ਜਿਹੜਾ ਇਹਨਾਂ ਨੇ ਹੈਲਥ ਡਿਪਾਰਟਮੈਂਟ ਨੇ ਸਾਨੂੰ ਇੱਕ ਰੁਕਾ ਲਿਖ ਕੇ ਦਿੱਤਾ ਵੀ ਇਹ ਹਰਪਾਲ ਸਿੰਘ ਇਹਦੇ ਜਿਹੜੇ ਇਹਦੇ ਨਾਲ ਸਾਥੀ ਹੈ ਅਤੇ ਇਹਦੇ ਪਰਿਵਾਰ ਮੈਂਬਰਾਂ ਖਿਲਾਫ਼ ਜਿਹੜੇ ਇਹ ਗੁਰਖ ਧੰਦੇ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਮਤਲਬ ਖਿਲਵਾੜ ਕਰਦੇ ਸੀ ਬੱਚਿਆਂ ਨਾਲ ਜਾਲੀ ਦੁੱਧ ਬਣਾ ਕੇ ਅਤੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜਿਹੜਾ ਇਹਨਾਂ ਨੇ ਰੁਕਾ ਦਿੱਤਾ ਉਹਦੇ ਖਿਲਾਫ਼ ਅਸੀਂ ਪਰਚਾ ਦਰਜ ਕਰਕੇ ਇਹਦੀ ਡੂੰਘਾਈ ਨਾਲ ਪੜਤਾਲ ਕਰਾਂਗੇ ਜੀ ਇੱਥੇ ਜੀ ਇੱਥੇ ਸੁੱਕਾ ਦੁੱਧ ਮਿਲਿਆ ਜੀ ਅਤੇ ਉਹ ਤੋਂ ਬਾਅਦ ਇੱਕ ਗਲੂਕੋਜ਼ ਦਾ ਮਿਲਿਆ ਅਤੇ ਕੁਛ 40-50 ਕਿਲੋ ਦਾ ਇੱਕ ਹੋਰ ਮਟੀਰੀਅਲ ਮਿਲਿਆ ਕੈਮੀਕਲ ਮਿਲਿਆ ਅਤੇ ਇੱਥੇ 12-13 ਮਿਕਸੀਆਂ ਮਿਲੀਆਂ ਅਤੇ ਡਰੰਮ ਮਿਲੇ ਆ ਹਾਂਜੀ 42 ਬੋਤਲਾਂ ਮਿਲੀਆਂ ਜਿਹੜੀਆਂ ਰਿਫਾਈਂਡ ਦੇ ਪੀਪੇ ਆ 42 ਬੋਤਲਾਂ ਜਿਹੜੀਆਂ ਕੈਮੀਕਲ ਦੀਆਂ ਹੈਗੀਆਂ ਉਹ ਮਿਲੀਆਂ ਉਹ ਸਾਰੀਆਂ ਕਬਜ਼ੇ 'ਚ ਲੈ ਰਹੇ ਹਾਂ ਅਸੀਂ ਕਬਜ਼ੇ 'ਚ ਲੈ ਕੇ ਇਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਨਾਭਾ ਤੋਂ ਬਿਜਖਰਾਲ ਦੀ ਰਿਪੋਰਟ ਚੈਨਲ 2